ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਰਨ ਡੈਲਵਿੰਗ ਵੀਜ਼ਾਜ਼ ਐਂਡ ਇਮੀਗ੍ਰੇਸ਼ਨ ਤੋਂ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਯੂਰਪ ਦੀ ਸ਼ੈਨਗਨ ਕੰਟਰੀ, ਜੋ ਕਿ ਬਹੁਤ ਹੀ ਜਾਣੀ ਮਾਨੀ ਕੰਟਰੀ ਹੈ, ਉਹਦੇ ਬਾਰੇ ਗੱਲ ਕਰਨਾ ਚਾਹਾਂਗੀ, ਦੈਟ ਇਜ਼ ਮਾਲਟਾ। ਜੇਕਰ ਆਪਾਂ ਗੱਲ ਕਰੀਏ ਮਾਲਟਾ ਦੇ ਬਾਰੇ, ਤਾਂ ਮਾਲਟਾ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਹੈ, ਜਿਹਦੇ ਵਿੱਚ ਬੱਚਿਆਂ ਨੂੰ ਇੰਡੀਆ ਤੋਂ ਜਾ ਕੇ ਕੋਈ ਵੀ ਲੈਂਗੁਏਜ ਬੈਰੀਅਰ ਨਹੀਂ ਹੁੰਦਾ। ਜੇਕਰ ਮੈਂ ਗੱਲ ਕਰਾਂ ਮਾਲਟਾ ਦੇ ਇਨਟੇਕ ਦੀ, ਤਾਂ ਦੈਟ ਇਜ਼ ਸੈਪਟੈਂਬਰ, ਜਨਵਰੀ ਐਂਡ ਫੈਬ। ਬੱਚਿਆਂ ਕੋਲ ਤਿੰਨ ਇਨਟੇਕਸ ਅਵੇਲੇਬਲ ਨੇ, ਜੋ ਕਿ ਈਜ਼ੀਲੀ ਮਾਲਟਾ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਨੇ। ਜੇਕਰ ਮੈਂ ਗੱਲ ਕਰਾਂ ਕਿਸੇ ਵੀ ਸਟੂਡੈਂਟ ਦੇ 12th ਵਿੱਚ 60% ਜਾਂ 50% ਮਾਰਕਸ ਨੇ, ਤਾਂ ਉਸ ਕ੍ਰਾਈਟੀਰੀਆ ਦੇ ਵਿੱਚ ਉਹ ਈਜ਼ੀਲੀ ਮਾਲਟਾ ਲਈ ਜੋ ਹੈ ਉਹ ਆਪਣਾ ਪ੍ਰੋਸੈਸ ਕੈਰੀ ਫਾਰਵਰਡ ਕਰ ਸਕਦਾ ਹੈ। ਹਰ ਤਰੀਕੇ ਦਾ ਕੋਰਸ ਮਾਲਟਾ ਦੇ ਵਿੱਚ ਅਵੇਲੇਬਲ ਹੈ, ਚਾਹੇ ਉਹ ਟੂਰਿਜ਼ਮ ਤੋਂ ਰਿਲੇਟਡ ਹੋਏ, ਆਈਟੀ ਤੋਂ ਰਿਲੇਟਡ ਹੋਏ, ਜਾਂ ਬਿਜ਼ਨਸ ਕੋਰਸਿਸ ਤੋਂ ਰਿਲੇਟਡ ਹੋਏ, ਜਾਂ ਬੱਚੇ ਨੇ ਡਿਪਲੋਮਾ ਕਰਨਾ ਹੋਏ, ਤਾਂ ਹਰ ਤਰੀਕੇ ਦਾ ਕੋਰਸ ਮਾਲਟਾ ਦੇ ਵਿੱਚ ਸਟੂਡੈਂਟਸ ਲਈ ਅਵੇਲੇਬਲ ਰਹਿੰਦਾ ਹੈ। ਨੈਕਸਟ ਮੈਂ ਗੱਲ ਕਰਾਂ ਸ਼ਾਰਟ ਟਰਮ ਪ੍ਰੋਗਰਾਮਸ। ਮਾਲਟਾ ਇੱਕ ਇਹੋ ਜਿਹੀ ਕੰਟਰੀ ਹੈ ਜੋ ਬੱਚਿਆਂ ਨੂੰ ਸ਼ਾਰਟ ਟਰਮ ਪ੍ਰੋਗਰਾਮਸ ਲਈ ਵੀ ਇੱਕ ਬੈਨੀਫਿਟ ਦਿੰਦਾ ਹੈ। 3 ਮੰਥ ਦਾ ਕੋਰਸ ਹੋਏ ਜਾਂ 6 ਮੰਥ ਦਾ ਕੋਰਸ ਹੋਏ, ਦੋਨੇ ਤਰੀਕੇ ਦੇ ਕੋਰਸ ਬੱਚਿਆਂ ਵਾਸਤੇ ਜੋ ਹੈ ਉਹ ਈਜ਼ੀਲੀ ਅਵੇਲੇਬਲ ਰਹਿੰਦੇ ਨੇ। ਬੱਚੇ ਸ਼ਾਰਟ ਟਰਮ ਕੋਰਸਿਸ ਵਾਸਤੇ ਵੀ ਆਪਣਾ ਮਾਲਟਾ ਦਾ ਸਟੱਡੀ ਵੀਜ਼ਾ ਜੋ ਹੈ ਉਹ ਅਪਲਾਈ ਕਰ ਸਕਦੇ ਨੇ। ਲੇਕਿਨ ਅਗਰ ਬੱਚਿਆਂ ਨੇ 3 ਮੰਥਸ ਦਾ ਕੋਰਸ ਜਾਂ ਸ਼ਾਰਟ ਟਰਮ 'ਚ 6 ਮੰਥਸ ਦਾ ਕੋਰਸ ਲੈਣਾ ਹੈ, ਤਾਂ ਜਿਹੜੀ ਫੀਸ ਹੈ ਉਹ ਇੰਸਟਾਲਮੈਂਟਸ 'ਚ ਨਹੀਂ ਜਾਏਗੀ। ਫੀਸ ਤੁਹਾਨੂੰ ਕਲੈਕਟਿਵਲੀ 3 ਮੰਥਸ ਜਾਂ 6 ਮੰਥਸ ਜਾਂ ਜੋ ਫਰਦਰ ਟੈਨਿਓਰ ਰਹੇਗਾ ਉਹਦੀ ਪੇ ਕਰਨੀ ਪਏਗੀ। ਜੇਕਰ ਸਟੂਡੈਂਟ 1 ਈਅਰ ਦਾ ਕੋਰਸ ਲੈਣਾ ਚਾਹੁੰਦੇ ਨੇ, ਤਾਂ ਉਹਦੇ ਵਿੱਚ ਬੱਚਿਆਂ ਦੀ ਜਿਹੜੀ ਫੀਸ ਹੈ ਉਹ ਇੰਸਟਾਲਮੈਂਟਸ ਵਾਈਜ਼ ਹੋ ਸਕਦੀ ਹੈ। ਉਹ ਈਜ਼ੀਲੀ ਇੰਸਟਾਲਮੈਂਟਸ ਵਿੱਚ ਆਪਣੀ ਫੀ ਜੋ ਹੈ ਉਹ ਪੇ ਕਰ ਸਕਦੇ ਨੇ। ਰੈਸਟ ਅਗਰ ਮੈਂ ਮਾਲਟਾ ਬਾਰੇ ਗੱਲ ਕਰਨਾ ਚਾਹਾਂ, ਮਾਲਟਾ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਬਹੁਤ ਹੀ ਅੱਛਾ ਹੈ। 100% ਵੀਜ਼ਾ ਸਕਸੈਸ ਰੇਟ ਤੁਹਾਨੂੰ ਮਾਲਟਾ 'ਚ ਮਿਲਦੀ ਹੈ। ਰੈਸਟ ਅਗਰ ਮਾਲਟਾ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਆਪਣੇ ਸਟੱਡੀ ਵੀਜ਼ਾ ਦਾ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸਕਰੀਨ 'ਤੇ ਦਿੱਤੇ ਹੋਏ ਨੰਬਰਸ 'ਤੇ ਕਾਲ ਕਰ ਸਕਦੇ ਹੋ ਜਾਂ ਸਾਡੇ ਆਫਿਸ 'ਤੇ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਸੋ ਮਚ।